स्टार साहब, स्टार जाग माशाल्लाह। हाँ जी स्टार जाग ते बाजियां उड़ा रहे जनाब। वालेकुम सलाम। सुनाओ जी। ओ जी स्टार क्या हाल भाई? ते स्टार जाग ते दड़ा स्टार मुनसब ही साहब मुनसब आला खैर करे ते इंडिया दे वावे जानने वाले यार उत्थे कहंदे रहंदे के कोई साडा नंबर दियो साडा उहनां नूं ते नंबर तुहाडा मैं लै के ते गां उहदे विच ऐड करदा वां ताकि जिहड़ा तुहाडा कोई शागिर्द पवे ते तुहानूं नाल राबता करे। वालेकुम सलाम जी। बच्चे पास तू जे भी बोलिया का जदो मैं पैणा पर मैनूं बच्चे 6 चाहिदे शागिर्द पैणा दो तीन तो बच्चे आ लै लैना एक जट एक आ भाई एक आ पिछे आउंदा तीन ते ए लै लै तीन होर रह गए जट ते पल्ले झाड़ गया ए ते ਕਲਾਲ ਪੁੱਛਾ ਕਬੂਤਰ ਉੱਡਦੇ ਜੋ ਨਹੀਂ ਵੀਰਾ ਜੀ ਉਹ ਸਹੀ ਜੀ ਜਨਾਬ ਜੀ ਤੁਹਾਨੂੰ ਐਂਡ ਤੇ ਸ਼ੁਕਰ ਆਨੇ ਇਹਨਾਂ ਦਾ ਤੇ ਆਪਣਾ ਤੁਹਾਨੂੰ ਪਾਣੀ ਸੁਣਾਉਂਦੇ ਆ ਤੇ ਜਨਾਬ ਜਿਹੜਾ ਜਿੱਤੇਗਾ ਉਹਦੀ ਵੀਡੀਓ ਵੀ ਇਨਸ਼ਾਅੱਲਾ ਬਣਾਵਾਂਗੇ ਇਸ ਪਾਰਟ ਦੇ ਵਿੱਚ ਹੀ ਤੇ ਜੋ ਸੂਰਤ ਹਾਲ ਆ ਲਾਸਟ ਪਹਾੜ ਹੈ ਜਨਾਬ ਲਾਸਟ ਬਾਜ਼ੀ ਹੈ ਤੇ 10 ਬਾਜ਼ੀਆਂ ਕੰਪਲੀਟ ਹੋ ਗਈਆਂ ਹੈ ਤੇ ਵੀਡੀਓ ਜ਼ਰਾ ਵੇਖਿਓ ਜ਼ਰਾ ਲਾਸਟ ਤੱਕ ਤੇ ਆ ਜਨਾਬ ਚੈੱਕ ਕਰੋ ਪਾਣੀ ਸ਼ਾਣੀ ਦੀ ਤਿਆਰੀ ਹੋ ਰਹੀ ਹੈ ਅਤੇ ਪਾਣੀ ਸ਼ਾਣੀ ਦੇ ਕੇ ਤਾਂ ਉਹਨੇ ਬਸ ਮੁੱਠਾਂ ਕੱਢਣੀਆਂ ਵਾ ਤੁਸੀਂ ਦੇਖ ਰਹੇ ਹੋਣੇ ਆ ਮਜ਼ੀਦ ਦੇਖੋ ਉਸਤਾਦ ਮਾਸ਼ਾਅੱਲਾ ਪਿੰਡ ਦੀ ਰੌਣਕ ਕਿਆ ਹੀ ਬਾਤ ਹੈ ਜਨਾਬ ਅਤੇ ਦੋਸਤਾਂ ਭਰਾਵਾਂ ਵਾਸਤੇ ਵੀਡੀਓ ਛੁੱਟੀਆਂ ਬਣਾਉਂਦਾ ਰਹਿੰਦਾ ਮਿਹਨਤ ਕਰਦਾ ਰਹਿੰਦਾ ਤਾਂ ਕਿ ਚਲੋ ਯਾਰ ਉਹਨਾਂ ਨੂੰ ਸ਼ੌਕ ਦੇਖਣ ਨੂੰ ਮਿਲੇ ਅਤੇ ਥੋੜ੍ਹੇ ਖੁਸ਼ ਫਸਲਾਂ ਦੇਖ ਕੇ ਖੁਸ਼ ਹੋ ਜਾਂਦੇ ਕਹਿੰਦੇ ਬਾਅਦ ਕਰਦੇ ਮੈਸੇਜ ਕਿ ਯਾਰ ਸਾਡਾ ਦਿਲ ਤਾਜ਼ਾ ਤੂੰ ਕਰ ਦਿੰਦਾ ਫਸਲਾਂ ਫੁਸਲਾਂ ਦਿਖਾ ਕੇ ਪਿੰਡ ਦਾ ਮਾਹੌਲ ਦਿਖਾ ਕੇ ਅਤੇ ਚਲੋ ਇਨਸ਼ਾਅੱਲਾ ਜਨਾਬ ਤੁਹਾਡੇ ਤਾਵਰ ਨਾਲ ਹੀ ਹੋਰ ਵੀ ਤੁਹਾਨੂੰ ਅੱਛੇ ਤੋਂ ਅੱਛਾ ਸ਼ੋਅ ਦੇਖਣ ਨੂੰ ਕਰਾਇਆ ਕਰਾਂਗਾ ਅਤੇ ਤੁਸੀਂ ਦੇਖ ਸਕਦੇ ਹਾਂ ਸਰਕਾਰ ਅਤੇ ਮਾਸ਼ਾਅੱਲਾ ਪਾਣੀ ਸ਼ਾਣੀ ਦੇ ਰਹੇ ਆ ਅਤੇ ਉਹਨਾਂ ਨੂੰ ਹੁਣੀ ਛੱਡਦੇ ਨੇ ਕਬੂਤਰ ਤੁਹਾਨੂੰ ਉਹਨਾਂ ਦਾ ਵੀ ਚੈੱਕ ਕਰਾਉਂਦੇ ਹਾਂ ਬਟ ਆ ਜੀ ਲਾਸਟ ਬਾਜ਼ੀ ਗਏ ਦੇਖੋ ਜਨਾਬ ਕਬੂਤਰ ਲੱਗੇ ਛੱਡਣ ਵਨ ਟੂ ਵਨ ਮੁਕਾਬਲਾ ਹੈ ਲਾਸਟ ਮੁਕਾਬਲਾ ਹੈ ਜਨਾਬ ਅਤੇ ਤੁਹਾਨੂੰ ਐਂਡ 'ਤੇ ਇਹਨਾਂ ਦਾ ਸ਼ੋਅ ਕਰਾਵਾਂਗਾ ਜਿਹੜਾ ਜਿੱਤੇਗਾ ਜਨਾਬ ਅਤੇ ਮਜ਼ੀਦ ਅਤੇ ਮੇਰੇ 'ਚ ਇੱਕ ਰਿਕੁਐਸਟ ਹੈਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਛੋਟੀ ਰਿਕੁਐਸਟ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਚੈਨਲ ਨੂੰ ਜੋ ਮੇਰੇ ਭਰਾ ਨਏ ਆ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਬੈਲ ਆਈਕਨ ਆਲ ਨੋਟੀਫਿਕੇਸ਼ਨ 'ਤੇ ਪ੍ਰੈਸ ਕਰੋ ਤਾਂ ਕਿ ਅਸੀਂ ਜੋ ਡੇਲੀ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਨਸ਼ਾਅੱਲਾ ਤੁਹਾਨੂੰ ਹੋਰ ਤੋਂ ਅੱਛੇ ਤੋਂ ਅੱਛਾ ਸ਼ੋਅ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਚੈਨਲ 'ਤੇ ਟਫ ਮੁਕਾਬਲੇ ਜਨਾਬ ਜਿਹੜੇ ਟੂਰਨਾਮੈਂਟਸ ਹੁੰਦੇ ਆ ਉਹਨਾਂ ਦੇ ਵੀ ਵੀਡੀਓ ਸ਼ੀਡੀਓ ਬਣਾ ਕੇ ਸੈਂਡ ਕਰਦਾ ਵਾਂ ਤਾਂ ਜਨਾਬ ਚੈੱਕ ਕਰ ਦੇ ਸਕਦੇ ਤੁਸੀਂ ਅਤੇ ਸ਼ੌਕ ਦੇਖੋ ਇਹਨਾਂ ਦਾ ਅਤੇ ਆ ਮਜ਼ੀਦ ਇੱਧਰ ਦੇਖੋ ਬਾਜ਼ੀ ਉੱਡ ਗਈ ਹੈ ਅਤੇ ਤੁਹਾਨੂੰ ਕਰਾਉਂਦੇ ਹਾਂ ਇਹਨਾਂ ਦਾ ਵਿਊ ਅਤੇ ਐਂਡ 'ਤੇ ਵੇਖਦੇ ਹਾਂ ਕੌਣ ਜਿੱਤਦਾ ਜਨਾਬ ਆ ਚੈੱਕ ਕਰ ਸਕਦੇ ਹਾਂ ਹਾਂਜੀ ਦੋਸਤੋ ਕੀ ਹਾਲ ਆ ਅੱਛਾ ਯਾਰ ਉਹ ਨਾ ਵੀਡੀਓ ਮੇਰੇ ਕੋਲ ਨਾ ਇਸ ਕਰਕੇ ਬਣੀ ਗਰਮੀ ਜ਼ਿਆਦਾ ਸੀਗੀ ਤਾਂ ਕਿ ਨਾ ਤੁਹਾਨੂੰ ਮੈਂ ਡਿਟੇਲ ਦੱਸ ਦਿੰਦਾ ਇਸ ਵੀਡੀਓ ਦੇ ਵਿੱਚ ਹੀ ਅਤੇ ਉਹਨਾਂ ਦਾ ਜਿਹੜਾ ਕਬੂਤਰ ਸੀ ਨਾ ਜਿਹਨਾਂ ਦਾ ਦੂਸਰੀ ਪਾਰਟੀ ਦਾ ਰਾਣਾ ਅਲੀ ਦਾ ਅਤੇ ਉਹਨਾਂ ਦਾ ਕਬੂਤਰ 12:30 ਟਾਵਰ 'ਚ ਵੱਜ ਕੇ ਨੀਚੇ ਗਿਰ ਗਿਆ ਸੀਗਾ ਅਤੇ ਅਤੇ ਜਿਹੜਾ ਪਹਿਲਾ ਬਟਨ ਦਾ ਕਬੂਤਰ ਸੀ ਉਹਨਾਂ ਦਾ ਟਾਈਮ ਲੱਗ ਗਿਆ ਸੀਗਾ 12:00 ਉਹਨਾਂ ਦਾ ਟਾਈਮ ਲੱਗਾ 12:30 ਉਹਨਾਂ ਦਾ ਕਬੂਤਰ ਬੈਠ ਗਿਆ ਸੀਗਾ ਉਹ ਟਾਈਮ ਤੋਂ ਕੱਟਿਆ ਗਿਆ ਸੀਗਾ ਅਤੇ ਅਲੀ ਹੁਣੀ ਜਿਹਨਾਂ ਦਾ ਟਾਵਰ 'ਚ ਵੱਜ ਕੇ ਗਿਰਿਆ ਸੀ ਉਹ ਜਨਾਬ ਉਹ ਜਿੱਤ ਗਏ ਸੀਗੇ ਅਤੇ ਜਿਹੜਾ ਬੱਟਾਂ ਦਾ ਉਹਨਾਂ ਦਾ ਕਬੂਤਰ ਆਇਆ ਹੀ ਨਹੀਂ ਸੀਗਾ ਅਤੇ ਜਦ 10:00 ਜਨਾਬ ਇਹ ਹੋ ਗਈਆਂ ਕੰਪਲੀਟ ਅਤੇ ਉਹ 7 ਜਿੱਤ ਗਏ ਅਤੇ ਉਹ 3 ਜਿੱਤ ਗਏ ਬਹੁਤ ਸ਼ੁਕਰੀਆ ਜਨਾਬ।